ਪਿਆਰੇ ਦੋਸਤੋ, ਸਭ ਤੋਂ ਪਹਿਲਾਂ ਮੇਰੇ ਵੱਡੇ, ਮੇਰੇ ਬਜ਼ੁਰਗ, ਮੇਰੀਆਂ ਮਾਵਾਂ, ਮੇਰੇ ਵੱਡੇ ਅਤੇ ਛੋਟੇ ਵੀਰ, ਮੇਰੀਆਂ ਭੈਣਾਂ ਅਤੇ ਛੋਟੇ ਛੋਟੇ ਬੱਚਿਆਂ ਨੂੰ ਸਭ ਤੋਂ ਪਹਿਲਾਂ ਬੜੇ ਅਦਬ, ਬੜੇ ਪਿਆਰ ਅਤੇ ਬੜੇ ਸਤਿਕਾਰ ਦੇ ਨਾਲ ਜੀ ਦੋਵੇਂ ਹੱਥ ਜੋੜ ਕੇ ਸਤਿ ਸ੍ਰੀ ਅਕਾਲ ਪ੍ਰਵਾਨ ਹੋਵੇ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਉਹ ਨਾਂ ਜਿਹੜਾ ਨਾਂ ਸਦਾ ਅਮਰ ਹੋ ਗਿਆ, ਅਮਰ ਸਿੰਘ ਚਮਕੀਲਾ ਜੀ, ਬੀਬਾ ਅਮਰਜੋਤ ਜੀ ਨਾਲ ਸਾਡੇ ਸਜਿੰਦੇ, ਸਾਰੀ ਟੀਮ ਜਿਨ੍ਹਾਂ ਨੇ ਪੰਜਾਬੀ ਸੰਗੀਤ ਲਈ ਆਪਣੀਆਂ ਜਾਨਾਂ ਦਿੱਤੀਆਂ। ਔਰ ਇੱਦਾਂ ਦੀ ਕਲਾਕਾਰੀ, ਇੱਦਾਂ ਦੇ ਫਨਕਾਰ ਲੋਕ ਜਿਹੜੇ ਨੇ ਉਹ ਸਦੀਆਂ ਦੇ ਵਿੱਚ ਇੱਕ ਵਾਰੀ ਪੈਦਾ ਹੁੰਦੇ ਆ ਜੀ, ਇੱਕ ਵਾਰੀ ਜਨਮ ਲੈਂਦੇ ਆ। ਜੋ ਹੈਪਨ ਹੋਇਆ, ਜੋ ਭਾਣਾ ਵਰਤਿਆ, ਤੁਹਾਨੂੰ ਸਭ ਨੂੰ ਪਤਾ, ਸਾਡੀ ਵੀ ਚੜ੍ਹਦੀ ਉਮਰ ਸੀ ਉਦੋਂ, ਅਸੀਂ ਵੀ ਕਾਲਜ ਨਵਾਂ ਨਵਾਂ ਸਟਾਰਟ ਕੀਤਾ ਸੀ, ਬਹੁਤ ਮਾੜੀ ਗੱਲ ਹੋਈ। ਪਰ ਇਹ ਜਿਹੜਾ ਨਾਮ ਹੈ ਅਮਰ ਸਿੰਘ ਚਮਕੀਲਾ ਜੀ ਦਾ, ਬੀਬਾ ਅਮਰਜੋਤ ਜੀ ਦਾ, ਇਹ ਅਸੀਂ ਤੁਸੀਂ ਸਾਰਿਆਂ ਨੇ ਇੱਥੇ ਆ ਕੇ ਹਰਟ ਦੀਆਂ ਟਿੰਡਾਂ ਵਾਂਗ ਅਸੀਂ ਜਾਈ ਜਾਣਾ, ਅਤੇ ਜਿਹੜਾ ਨਾਮ ਹੈ ਇਹ ਸਦਾ ਅਮਰ ਰਹਿਣੇ ਆ ਜੀ। ਇੱਕ ਵਾਰ ਜ਼ੋਰਦਾਰ ਤਾੜੀ ਅਮਰ ਸਿੰਘ ਚਮਕੀਲਾ ਜੀ, ਬੀਬਾ ਅਮਰਜੋਤ ਜੀ ਸਾਡੇ ਸਜਿੰਦੇ, ਉਹਨਾਂ ਦੇ ਨਾਂ 'ਤੇ ਮਾਰੋ। ਸਾਡੇ ਬੀਬੀ ਜੀ, ਵੱਡੇ ਭੈਣ ਜੀ ਵੀ ਇੱਥੇ ਪਹੁੰਚੇ ਨੇ ਜੀ, ਸਾਡੀਆਂ ਭੈਣਾਂ, ਸਾਡੀਆਂ ਧੀਆਂ, ਸਾਰਾ ਪਰਿਵਾਰ, ਇਹ ਉਹ ਪਰਿਵਾਰ ਹੈ। ਧੰਨ ਉਹ ਮਾਂ ਹੋਵੇਗੀ ਜਿਹਨੇ ਚਮਕੀਲਾ ਸਾਹਿਬ ਨੂੰ ਜਨਮ ਦਿੱਤਾ। ਕਲਾਕਾਰ ਬਹੁਤ ਅੱਛੇ ਅੱਛੇ ਹੋਰ ਹੈ, ਪਰ ਚਮਕੀਲਾ ਸਾਹਿਬ ਦੀ ਜਿਹੜੀ ਕਲਾਕਾਰੀ ਸੀ, ਕਲਮ ਦੀ ਗੱਲ ਕਰ ਲਓ ਔਰ ਕੰਪੋਜੀਸ਼ਨਸ ਦੀ ਗੱਲ ਕਰ ਲਓ, ਤਰਜ਼ਾਂ ਦੀ ਗੱਲ ਕਰ ਲਓ, ਪਰਫੋਰਮੈਂਸ ਦੀ ਗੱਲ ਕਰ ਲਓ, ਔਰ ਜਿੱਥੋਂ ਉੱਠ ਕੇ, ਜਿਹੜੀ ਜਗ੍ਹਾ ਤੋਂ ਉੱਠ ਕੇ ਜਿੱਡਾ ਵੱਡਾ ਨਾਮ, ਅਸੀਂ ਤਾਂ ਕੁਛ ਵੀ ਨਹੀਂ, ਪਾਂ ਪਾਸ਼ਕ ਵੀ ਨਹੀਂ, ਔਰ ਰਹਿੰਦੀ ਦੁਨੀਆ ਤੱਕ ਮਾਲਕ ਇੱਦਾਂ ਹੀ ਰੱਖੇ। ਔਰ ਤੁਹਾਡਾ ਪਿਆਰ ਸਤਿਕਾਰ ਚਾਹੀਦਾ, ਦੁੱਗਰੀ ਵਾਲਿਆਂ ਨੂੰ ਮਾਣ ਚਾਹੀਦਾ, ਦੁੱਗਰੀ ਦਾ ਨਾਂ ਦੁਨੀਆ ਭਰ ਦੇ ਵਿੱਚ ਮਕਬੂਲ ਹੈ ਔਰ ਸਦਾ ਹੀ ਰਹਿਣਾ। ਅਸੀਂ ਤੁਸੀਂ ਸਭ ਨੇ ਚਲੇ ਜਾਣਾ। ਲਓ ਮੈਂ ਪੇਸ਼ ਕਰਨ ਲੱਗਾ ਜੀ, ਉਸ ਤੋਂ ਪਹਿਲਾਂ, ਗੀਤ ਤੋਂ ਪਹਿਲਾਂ, ਇਮਤਿਆਜ਼ ਅਲੀ ਸਾਹਿਬ ਔਰ ਉਹਨਾਂ ਦੀ ਸਮੁੱਚੀ ਟੀਮ, ਪ੍ਰੋਡਿਊਸਰ ਸਹਿਬਾਨ, ਜਿਨ੍ਹਾਂ ਨੇ ਅਮਰ ਸਿੰਘ ਚਮਕੀਲਾ 'ਤੇ ਫਿਲਮ ਬਣਾਈ ਆ, ਬੀਬਾ ਅਮਰਜੋਤ 'ਤੇ ਫਿਲਮ ਬਣਾਈ ਹੈ, ਇਹ ਸਾਡੇ ਲਈ ਮਾਣ ਵਾਲੀ ਗੱਲ ਹੈ। ਅਸੀਂ, ਮੈਂ ਸਮੁੱਚੀ ਟੀਮ ਵੱਲੋਂ, ਤੁਹਾਡੇ ਸਾਰਿਆਂ ਵੱਲੋਂ, ਇਮਤਿਆਜ਼ ਅਲੀ ਸਾਹਿਬ, ਸਾਰੀ ਟੀਮ ਨੂੰ ਅਸੀਂ ਨਿੱਘੀ ਜੀ ਆਇਆ ਕਹਿੰਦੇ ਹਾਂ ਜੀ। ਤੁਸੀਂ ਬਹੁਤ ਮਾਣ ਵਾਲੀ ਗੱਲ ਕੀਤੀ ਹੈ, ਬਹੁਤ ਫਕਰ ਵਾਲੀ ਗੱਲ ਕੀਤੀ ਹੈ। ਲਓ, ਜਿੱਥੇ ਆਪ ਸਭ ਦਾ ਧੰਨਵਾਦ ਹੈ, ਇੱਧਰ ਸਾਰੇ ਵੀ ਆਈ ਪੀ ਲੋਕ ਬੈਠੇ ਨੇ ਔਰ ਮੋਹਰੇ, ਪਰ ਤੁਸੀਂ ਉਸ ਤੋਂ ਵੀ ਵੱਡੇ ਵੀ ਆਈ ਪੀ ਹੋ ਜਿਨ੍ਹਾਂ ਦੇ ਕਰਕੇ ਇਹ ਮੇਲਾ ਲੱਗਦਾ, ਜਿਨ੍ਹਾਂ ਲਈ ਮੇਲਾ ਲੱਗਦਾ। ਇੱਕ ਵਾਰੀ ਆਪਣੇ ਨਾਂ 'ਤੇ ਜ਼ੋਰਦਾਰ ਤਾੜੀ ਮਾਰ ਦਿਓ ਸਾਰੇ। ਤੁਸੀਂ ਪਤਾ ਨਹੀਂ ਪੰਜਾਬ ਦੇ ਕਿਹੜੇ ਕਿਹੜੇ ਇਲਾਕੇ 'ਚੋਂ ਆਏ ਹੋ, ਤੁਹਾਡਾ ਇੱਕ ਇੱਕ ਕਦਮ ਸਿਰ ਮੱਥੇ ਹੈ ਸਾਡੇ, ਬਹੁਤ ਮਿਹਰਬਾਨੀ। ਲਓ, ਪੁਰਾਣੇ ਗੀਤ ਵੀ ਪੇਸ਼ ਕਰਨੇ ਆ ਅਤੇ ਨਵੇਂ ਗੀਤ ਵੀ, ਸਾਡੀ ਇੱਕ ਐਲਬਮ ਆਈ ਆ ਉਹਦੇ ਵਿੱਚੋਂ ਵੀ ਪੇਸ਼ ਕਰਨੇ ਆ। ਲਓ, ਮੈਂ ਪਹਿਲੀ ਜਿਹੜੀ ਰਚਨਾ ਪੇਸ਼ ਕਰਨ ਲੱਗਾ ਜੀ, ਇਹ ਧਰਤੀ ਬਾਬੇ ਨਾਨਕ ਦੀ ਧਰਤੀ ਹੈ, ਸਾਡੇ ਗੁਰੂਆਂ ਦੀ ਧਰਤੀ ਹੈ, ਸਾਡੇ ਪੀਰਾਂ ਦੀ, ਸਾਡੇ ਪੈਗੰਬਰਾਂ ਦੀ, ਸਾਡੇ ਯੋਧਿਆਂ ਦੀ, ਸਾਡੇ ਸ਼ਹੀਦਾਂ ਦੀ, ਰਿਸ਼ੀਆਂ ਅਤੇ ਮੁਨੀਆਂ ਦੀ ਇਹ ਧਰਤੀ ਹੈ। ਸਲਾਮ ਹੈ ਇਸ ਧਰਤੀ ਨੂੰ, ਬਹੁਤ ਕੁਝ ਵਾਪਰਿਆ ਇਸ ਧਰਤੀ 'ਤੇ, ਪੰਜਾਬ ਨੇ ਬਹੁਤ ਜ਼ਿਆਦਾ ਸੰਤਾਪ ਹੰਢਾਇਆ, ਪਰ ਪੰਜਾਬ ਹਰ ਮੁਸੀਬਤ 'ਚੋਂ ਨਿਕਲ ਕੇ ਖੜ੍ਹਾ ਹੋਇਆ। ਮੈਂ ਕੁਛ ਆਪਣੇ ਵਤਨ ਦੀਆਂ ਲਾਈਨਾਂ ਤੁਹਾਡੀ ਖਿਦਮਤ ਪੇਸ਼ ਕਰਨ ਲੱਗਾ ਜੀ, ਉਸ ਤੋਂ ਬਾਅਦ ਤੁਹਾਡੇ ਮਨਪਸੰਦ ਦੇ ਸਾਰੇ ਗੀਤ ਪੇਸ਼ ਕਰਾਂਗੇ ਜੀ।
ਪੰਜਾਬ ਦੀ ਇੱਕ ਨਾਮਵਰ ਕਲਮ ਕਰਨੈਲ ਸੇਵੀਆ ਜੀ ਔਰ ਸਵਰਨ ਸੇਵੀਆ ਜੀ ਦੇ ਛੋਟੇ ਭਾਈ, ਜਿਨ੍ਹਾਂ ਦਾ ਮੈਂ ਵੀ ਪਹਿਲਾ ਗੀਤ ਗਾਇਆ ਸੀ ਪਹਿਲੀ ਐਲਬਮ ਦੇ ਵਿੱਚ, ਇੱਕ ਵਾਰ ਫਿਰ ਦੇਵ ਮਾਨ ਸਾਹਿਬ ਦਾ ਬਹੁਤ ਬਹੁਤ ਧੰਨਵਾਦ ਕਰਦੇ ਹਾਂ ਜੀ। ਚੰਨ ਸ਼ਾਹ ਕੋਟੀ ਸਾਹਿਬ, ਹੋਰ ਮਹਿਨਾਜ਼ ਕਲਾਕਾਰ ਜਿਹੜੇ ਮੇਰੇ ਤੋਂ ਬਹੁਤ ਵੱਡੇ ਨੇ ਜੀ, ਸਾਰਿਆਂ ਦਾ ਮੈਂ ਆਦਰ ਕਰਦਾ, ਕਿਸੇ ਦਾ ਨਾਮ ਰਹਿ ਗਿਆ ਹੋਵੇ ਮੇਰੇ ਲਈ ਸਾਰੇ ਹੀ ਸਤਿਕਾਰਯੋਗ ਆ ਜੀ, ਬਹੁਤ ਬਹੁਤ ਮਿਹਰਬਾਨੀ ਜੀ। ਸੋਨੇ ਚ ਮੜਾਏ ਸੋਨੇ ਚ ਮੜਾਏ ਹਰੀ ਮੰਦਰ ਜੈ ਤਾਮਿਨੀ ਗੂੰਜਦੇ ਹਵਾਵਾਂ ਵਿੱਚ ਗੁਰੂ ਬਾਬਾ ਬੰਦਾ ਦੀਪ ਸਿੰਘ ਦੇ ਗਏ ਕੁਰਬਾਨੀਆਂ, ਓਏ ਕਿੱਡਾ ਤੇਰਾ ਜੇਰਾ ਹੋ ਪੁੱਤਰਾਂ ਦੇ ਦਾਨੀਆਂ, ਸਿੱਧਕਾਂ ਦਾ ਜਾਂਦਾ ਜਿੱਥੇ ਜਿੱਥੇ ਚਰਖਾ ਗਿੜੀ ਪੰਜਾਬ ਮੇਰਾ ਮੇਰੇ ਹਾਣੀਓਂ ਪੰਜਾਬ ਸਾਡਾ ਸੋਨੇ ਦੀ ਚਿੜੀ ਸੋਨੇ ਦੀ ਚਿੜੀ
ਅਲੀ ਸਾਹਿਬ ਇੱਕ ਵਾਰੀ ਫਿਰ ਆਪਣਾ ਪਰਿਵਾਰ ਲੈ ਕੇ ਸਾਡੇ ਵਿਚਕਾਰ ਆਏ ਨੇ ਜੀ। ਮੈਂ ਇੱਕ ਵਾਰੀ ਫਿਰ ਤੁਹਾਡੇ ਸਾਰਿਆਂ ਵੱਲੋਂ ਨਿੱਕੀ ਜੀ ਆ ਕਹਿੰਦਾ, ਔਰ ਫਿਲਮ ਦੀ ਆਲ ਦਾ ਬੈਸਟ ਲਈ ਤੁਸੀਂ ਸਾਰੇ ਜਾਣੇ ਜ਼ੋਰਦਾਰ ਤਾੜੀ ਮਾਰ ਦਿਓ ਜੀ। ਆਪਣੇ ਵਿਹੜੇ ਚੱਲ ਕੇ ਆਏ ਨੇ, ਇਹ ਬਹੁਤ ਵੱਡਾ ਮੰਚ ਹੈ। ਅਮਰ ਸਿੰਘ ਚਮਕੀਲਾ ਜੀ ਦੀ ਯਾਦ, ਉਹਨਾਂ ਦੀ ਬਰਸੀ, ਬੀਬਾ ਅਮਰਜੋਤ ਜੀ ਜੀ, ਇਹ ਬਹੁਤ ਵੱਡਾ ਮੰਚ ਹੈ, ਬਹੁਤ ਵੱਡਾ ਨਾਮ ਹੈ। ਇੱਕ ਵਾਰ ਫਿਰ ਤੁਹਾਡੇ ਸਾਰਿਆਂ ਵੱਲੋਂ, ਸਮੁੱਚੀ ਸਾਡੀ ਟੀਮ ਵੱਲੋਂ, ਚਮਕੀਲਾ ਜੀ ਦੇ ਪਰਿਵਾਰ ਵੱਲੋਂ, ਸਾਡੀਆਂ ਬੱਚੀਆਂ ਵੱਲੋਂ, ਸਾਡੀ ਮਾਂ, ਸਾਡੇ ਭੈਣ ਜੀ ਹੋਣਾ ਵੱਲੋਂ ਇੱਕ ਵਾਰੀ ਫਿਰ ਉਹਨਾਂ ਦੇ ਇੱਥੇ ਆਉਣ 'ਤੇ ਨਿੱਘਾ ਸਵਾਗਤ ਹੈ ਜੀ। ਬਹੁਤ ਬਹੁਤ ਮਿਹਰਬਾਨੀ। ਲਓ ਅਗਲਾ ਗੀਤ। ਉਸ ਤੋਂ ਪਹਿਲਾਂ ਕੁਝ ਲਾਈਨਾਂ ਮੈਂ ਸ਼ੇਅਰ ਦੀਆਂ ਤੁਹਾਡੇ ਨਾਲ ਸਾਂਝੀਆਂ ਕਰਦਾ ਜੀ। ਜੀ ਭੈਰ ਵੀ ਲੈ ਇੱਕ ਮੇਰੀ ਨਿੱਕੀ ਜੀ ਬੇਨਤੀ ਹੈ ਜੀ। ਪੈਸਾ ਜਿੰਨਾ ਵੀ ਕਮਾਇਆ ਤੁਹਾਡੇ ਕੋਲੋਂ ਹੀ ਕਮਾਇਆ, ਤੁਹਾਡੇ ਮਾਪਿਆਂ ਤੋਂ ਜਾਂ ਤੁਹਾਡੇ ਦਾਦਿਆਂ ਨਾਨਿਆਂ ਤੋਂ ਕਮਾਇਆ। ਪੈਸਾ ਤੁਸੀਂ ਬਹੁਤ ਦਿੱਤਾ, ਜਿੰਨੀ ਕਮਾਈ ਕੀਤੀ ਆ ਤੁਹਾਡੇ ਕੋਲੋਂ ਕੀਤੀ ਆ। ਜਿਹੜੇ ਵੀ ਮੇਰੇ ਵੀਰ ਨੇ ਇਨਾਮ ਮਾਣ ਕਰਨਾ, ਇੱਥੋਂ ਕਰ ਦਿਓ ਜੀ, ਉੱਪਰ ਆ ਕੇ ਨਾ ਕਰਿਓ, ਇੰਟਰਪਟ ਹੁੰਦਾ। ਦੰਦ ਬਹੁਤ ਵਾਰੀ ਭੱਜ ਚੁੱਕੇ ਆ, ਕਈ ਵਾਰੀ ਜੁੜਾਏ ਆ, ਭਰਾਏ ਆ, ਇਹ ਹਿਲਜੁਲ ਹੋ ਜਾਂਦੀ ਹੈ ਜੀ, ਕਿਉਂਕਿ ਮੂਡ 'ਚ ਆਰਟਿਸਟ ਗਾਉਂਦਾ, ਪਤਾ ਨਹੀਂ ਲੱਗਦਾ ਕਿੱਧਰ ਬਾਂਹ ਘੁਮਾਉਣੀ ਆ ਅਤੇ ਕੀ ਆ ਜੀ। ਮੇਰੀ ਬਹੁਤ ਮਿਹਰਬਾਨੀ ਹੋਏਗੀ, ਤੁਹਾਡਾ ਬਹੁਤ ਸਤਿਕਾਰ ਹੈ। ਲਓ ਜੀ ਗੀਤ।
ਇੱਕ ਲੋਕ ਸੱਚਾਈ ਹਕੀਕਤ ਬਿਆਨ ਕਰਦਾ ਹੋਇਆ ਗੀਤ ਪੇਸ਼ ਕਰਨ ਲੱਗੇ ਜੀ। ਬੇਈਮਾਨੀ ਬੇਈਮਾਨੀ ਜਹਾਨ ਤੇ ਜ਼ੋਰ ਫੜ ਗਈ ਓ ਯਾਰੀ ਯਾਰਾਂ ਨਾ ਤਗੇ ਕਮਾ ਜਾਂਦੇ ਪਹਿਲਾਂ ਮਿੱਠੀਆਂ ਮਿੱਠੀਆਂ ਕਰਨੇ ਗੱਲਾਂ ਉਹ ਫਿਰ ਗੁੱਜੀਆਂ ਚੋਟਾਂ ਲਾ ਜਾਂਦੇ ਓਏ ਪਹਿਲਾਂ ਪੱਗ ਪਟਾਉਂਦੇ ਪਹਿਲਾਂ ਪੱਗ ਪਟਾਉਂਦੇ ਬੈਠ ਕੋਲੇ ਤਾਂ ਲੋੜ ਪਈ ਤੇ ਪਿੱਠ ਵਿਖਾ ਜਾਂਦੇ ਓ ਸ਼ਿਵ ਰਾਮਾ ਜੇ ਰੱਬ ਨਾ ਰਹਿੰਦਾ ਲੁਕ ਕੇ ਸ਼ਿਵ ਰਾਮਾ ਜੇ ਕਿਤੇ ਰੱਬ ਦਿਸਦਾ ਹੁੰਦਾ ਤਾਂ ਲੋਕ ਰੱਬ ਨੂੰ ਵੇਚ ਕੇ ਖਾ ਜਾਂਦੇ ਦੁਖੀ ਦਿਲਾਂ ਦਾ ਦਰਦੀ ਦੁਨੀਆਂ ਪਿਆਰ
ਕੁਝ ਵਸ ਹੋ ਗਿਆ ਧਨ ਦੇ, ਦੁਨੀਆ ਸੌਦੇ ਕਰਕੇ ਧਨ ਦੇ ਪੈਸੇ ਵੱਟੀ ਜਾਂਦੀ ਆ। ਲਓ ਜੀ, ਬਹੁਤ ਬਹੁਤ ਮਿਹਰਬਾਨੀ ਸਾਡੇ ਬਹੁਤ ਸਾਰੇ ਵੀਰਾਂ ਵੱਲੋਂ ਜੀ, ਮੇਰੇ ਵੱਡੇ ਅਤੇ ਛੋਟੇ ਵੀਰਾਂ ਵੱਲੋਂ ਢੇਰ ਸਾਰਾ ਪਿਆਰ, ਉਹ ਤੋਂ ਵੀ ਵੱਡਾ ਤੁਹਾਡੇ ਸਾਰਿਆਂ ਵੱਲੋਂ ਮਾਣ ਜੀ। ਮੈਨੂੰ ਪਤਾ ਖੀਸੇ ਅਤੇ ਖੁਰਕ ਤੁਹਾਡੇ ਵੀ ਹੁੰਦੀ ਆ ਬੈਠਿਆਂ ਦੇ, ਪਰ ਆਉਣਾ ਔਖਾ ਮੈਨੂੰ ਪਤਾ, ਇੰਨਾ ਰਸ਼ ਲੰਘ ਕੇ ਆਉਣਾ। ਸਾਡੇ ਮੁਲਾਜ਼ਮ ਵੀਰ ਖੜ੍ਹੇ ਨੇ। ਲਓ ਜੀ, ਥੋੜ੍ਹਾ ਜਿਹਾ ਰੰਗ, ਇੱਕ ਰੋਮੈਂਟਿਕ ਰੰਗ ਭਰਦੇ ਹਾਂ ਜੀ। ਤੁਸੀਂ ਬਹੁਤ ਗੀਤ ਪਸੰਦ ਕੀਤੇ ਆ, ਤੇਰੇ ਲੱਕ ਦਾ ਹੁਲਾਰਾ ਰੰਗ ਰਾਰਾ ਰੀਰੀ ਰਾਰਾ, ਤੇ ਰੰਗਲੇ ਪੰਜਾਬ ਦੀ ਸਿਫਤ ਸੁਣਾਵਾਂ ਜਿੱਥੇ ਰੱਬ ਵਰਗੀਆਂ ਮਾਵਾਂ, ਧਰਤੀ ਪੰਜ ਦਰਿਆ ਦੀ ਰਾਣੀ ਜਿਸ ਦਾ ਸ਼ਰਬਤ ਵਰਗਾ ਪਾਣੀ। ਇਹ ਆਪਾਂ ਇੱਕ ਦੋ ਗੀਤ ਨਵੇਂ ਗਾਉਣੇ ਆ, ਛੋਟੇ ਛੋਟੇ ਕਰਕੇ ਤੁਹਾਨੂੰ ਆਪਾਂ ਐਂਟਰਟੇਨ ਕਰਨਾ। ਲਓ ਜੀ, ਜਿਹੜਾ ਸਭ ਤੋਂ ਪਹਿਲਾਂ ਗੀਤ ਮੈਂ ਤੁਹਾਡੀ ਸੇਵਾ ਦੇ ਵਿੱਚ ਪੇਸ਼ ਕਰਨ ਲੱਗਾ, ਭੰਗੜੇ ਦਾ ਕਿੰਗ ਆਪਣੀ ਐਲਬਮ ਆਈ ਹੈ, ਉਹਦਾ ਟਾਈਟਲ ਗੀਤ ਭੱਟੀ ਭੜੀ ਵਾਲਾ ਮੇਰਾ ਛੋਟਾ ਵੀਰ ਉਹਦਾ ਲਿਖਿਆ ਹੋਇਆ। ਇੱਥੇ ਬਣੇ ਰਹੋ, ਉਸ ਤੋਂ ਬਾਅਦ ਆਪਾਂ ਰੰਗਲਾ ਪੰਜਾਬ ਅਤੇ ਲੱਕ ਦਾ ਹੁਲਾਰਾ ਸਾਰੇ ਗੀਤ ਪੇਸ਼ ਕਰਕੇ ਜਾਣੇ ਜੀ। ਲਓ ਜੀ, ਮੈਂ ਪੇਸ਼ ਕਰਨ ਲੱਗਾ ਗੀਤ ਭੰਗੜੇ ਦਾ ਕਿੰਗ, ਇੱਕ ਡੂਇਟ ਹੈ, ਹੋਰ ਤੁਸੀਂ ਆਪੇ ਬੁੱਝ ਲਿਓ ਗੁਰਲੇਜ਼ ਅਖਤਰ ਜੀ ਨੇ ਗਾਇਆ ਹੈ ਕਿ ਉਹਨਾਂ ਦੀਆਂ ਲਾਈਨਾਂ ਕਿਹੜੀਆਂ ਅਤੇ ਕਿਹੜੀਆਂ ਮੇਰੀਆਂ, ਇਹ ਤੁਸੀਂ ਅੰਦਾਜ਼ਾ ਲਾ ਲਿਓ।
ਹੁਣ ਮੈਂ ਹੀ ਗੁਰਲੇਜ ਅਖਤਰ ਆ ਤੇ ਮੈਂ ਹੀ ਸਰ ਦੀ ਟੀਮ ਆ। ਆਓ ਜੀ ਜੀ ਗੱਭਰੂ ਆਪਣੇ ਮਹਿਬੂਬ ਆਪਣੀ ਮਿੱਤਰ
ਨੂੰ ਕਹਿ ਰਿਹਾ ਕਿ ਤੂੰ ਇੰਨੀ ਸੋਹਣੀ ਲੱਗਦੀ ਆ ਸੱਸੀ ਸੋਹਣੀ ਸਾਹਿਬਾ ਸ਼ੀਰੀ ਸਾਰੀਆਂ ਸੀ ਸੋਹਣੀਆਂ ਸਾਨੂੰ ਸੋਹਣੀ ਲੱਗੇ ਤੂੰ। ਅੱਠ ਸੱਸੇ ਤਾਰੀਫ ਕਰ ਰਿਹਾ ਆਪਣੇ ਮਹਿਬੂਬ ਦੀ ਵੀ ਆਖਿਰ ਕੀ ਕਹਿ ਰਿਹਾ ਕਿ ਕਾਲਾ ਟਿੱਕਾ ਲਾ ਕੇ ਨਿਕਲਿਆ ਕਰ ਘਰੋਂ ਬਾਹਰ। ਹੋਰ ਕਿਹੜੀਆਂ ਕਿਹੜੀਆਂ ਤਾਰੀਫਾਂ ਕਰਦਾ, ਬਿਲਕੁਲ ਨਵਾਂ ਗੀਤ ਹੈ ਕਿ ਤੈਨੂੰ ਨਜ਼ਰ ਕਿਤੇ ਨਾ ਲੱਗ ਜਾਏ ਕਾਲਾ ਟਿੱਕਾ ਲਾ ਲਾ ਨਹੀਂ। ਸਾਡੇ ਸਿਆਣੇ ਅਕਸਰ ਕਹਿੰਦੇ ਨੇ ਜਦੋਂ ਅਸੀਂ ਥੋੜ੍ਹਾ ਜਿਹਾ ਉਡਾਰ ਹੋਏ ਸੀ ਅਤੇ ਆਪਣੀਆਂ ਮਾਵਾਂ ਸਾਰਿਆਂ ਦੀਆਂ ਹੀ ਕਾਲਾ ਟਿੱਕਾ ਲਾ ਕੇ ਤੋਰਦੀਆਂ ਸੀ ਸਾਡੀਆਂ ਧੀਆਂ ਨੂੰ ਵੀ ਅਤੇ ਗੱਭਰੂਆਂ ਨੂੰ ਵੀ। ਲਓ ਇੱਕ ਬਹੁਤ ਹੀ ਸਾਫ਼ ਸੁਥਰਾ ਗੀਤ, ਇੱਕ ਗੱਭਰੂ ਆਪਣੇ ਮਹਿਬੂਬ ਨੂੰ ਕੀ ਕਹਿ ਰਿਹਾ ਕਿ ਤੂੰ ਬਹੁਤ ਜ਼ਿਆਦਾ ਖੂਬਸੂਰਤ ਆ ਜੀ। ਆਉਣ ਦਿਓ ਜੀ ਜੀ ਕਾਲਾ
ਉਹ ਕਾਲਾ ਟਿੱਕਾ ਲਾਲਾ ਨੀ ਬਈ ਰੰਗਲੇ ਪੰਜਾਬ ਆ ਜੀ ਆਉਣ ਦਿਓ ਜੀ ਰੰਗਲਾ ਪੰਜਾਬ ਮੇਰਾ ਰੰਗਲਾ ਪੰਜਾਬ ਸਾਡੇ ਮਾਵਾਂ ਦਾ ਸਤਿਕਾਰ ਸਾਡੇ ਗੁਰੂਆਂ ਨੇ ਵੀ ਕੀਤਾ ਅਸੀਂ ਅਕਸਰ ਕਹਿੰਦੇ ਹਾਂ ਕਿ ਮਾਂ ਰੱਬ ਦਾ ਨਾਂ ਪਰ ਜਿਹੜੀ ਮਾਂ ਆ ਉਹ ਰੱਬ ਤੋਂ ਵੀ ਮਾਂ ਦਾ ਦਰਜਾ ਉੱਚਾ ਰੱਬ ਕਿਸੇ ਨੇ ਦੇਖਿਆ ਨਹੀਂ ਕਿ ਰੱਬ ਕੌਣ ਹੈ ਅਸੀਂ ਮੰਨਦੇ ਹਾਂ ਜਦੋਂ ਗੁਰੂ ਨਾਨਕ ਦੇਵ ਜੀ ਸਾਡੀ ਪਹਿਲੀ ਪਾਤਸ਼ਾਹੀ ਇਸ ਧਰਤੀ 'ਤੇ ਆਈ ਹੈ ਉਹਨਾਂ ਨੇ ਵੀ ਉਸ ਤਾਕਤ ਨੂੰ ਮੰਨਿਆ ਉਸ ਸੁਪਰੀਮ ਨੂੰ ਮੰਨਿਆ ਜਿਹਦੀ ਸ਼ਕਲ ਹੈ ਨਹੀਂ ਪਰ ਬਹੁਤ ਵੱਡੀ ਤਾਕਤ ਹੈ ਸਾਨੂੰ ਨਿੱਕੇ ਨਿੱਕੇ ਜੀਵ ਜੰਤੂਆਂ ਨੂੰ ਸਾਡੇ ਬਹੁਤ ਸਾਰੇ ਅਨਾਥ ਬਜ਼ੁਰਗਾਂ ਬੱਚਿਆਂ ਨੂੰ ਜੋ ਸੰਭਾਲਦਾ ਹੈ ਲਓ ਜੀ ਪੇਸ਼ ਆ ਗੀਤ ਰੰਗਲਾ ਪੰਜਾਬ
ਬੱਲੇ 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 ਲਓ ਜੀ, ਬਹੁਤ ਪਿਆਰਾ ਗੀਤ ਹੈ ਜਿਹੜਾ ਜਿੰਨਾ ਪੰਜਾਬ ਦੇ ਵਿੱਚ ਮਕਬੂਲ ਹੋਇਆ। ਇਹ ਆਖਰੀ ਗੀਤ ਹੈ ਜੀ ਮੇਰਾ, ਉਹ ਵੀ ਮੈਂ 27 ਅਤੇ 2 ਅੰਤਰੇ ਗਾਉਣੇ ਆ। ਜਿਹੜੇ ਸੱਜਣ ਨੇ ਇਸ ਤੋਂ ਸਾਡੇ ਤੋਂ ਬਾਅਦ ਗਾਉਣਾ ਜੀ, ਰੈਡੀ ਹੋ ਜਾਓ। ਆਪਾਂ ਥੋੜ੍ਹੇ ਛੋਟੇ ਛੋਟੇ ਗੀਤ ਕਰਕੇ ਸਾਰ ਲਿਆ ਜੀ। ਹਾਂਜੀ ਜੀ, ਲਓ ਜੀ, ਸੁਰਿੰਦਰ ਸ਼ਿੰਦਾ ਜੀ, ਐਡੇ ਵੱਡੇ ਨਾਮ ਜਿਹੜੇ ਹੈ, ਤੁਸੀਂ ਪਰਖ ਕੇ ਦੇਖ ਲਿਓ। ਮਾਲਕ, ਮੈਂ ਅਰਦਾਸ ਕਰਦਾ ਕਿ ਸਾਡੀ ਪੰਜਾਬ ਦੀ ਧਰਤੀ 'ਤੇ ਬਹੁਤ ਵਧੀਆ ਵਧੀਆ ਗਵੱਈਏ ਪੈਦਾ ਹੋਣ, ਪਰ ਜਿੰਨਾ ਚਿਰ ਆਪਣੀ ਜ਼ਿੰਦਗੀ ਆ ਪਰਖ ਕੇ ਦੇਖ ਲਿਓ। ਅਮਰ ਸਿੰਘ ਚਮਕੀਲਾ ਜੀ, ਸੁਰਿੰਦਰ ਛਿੰਦਾ ਜੀ ਔਰ ਜਨਾਬ ਕੁਲਦੀਪ ਮਾਣਕ ਸਾਹਿਬ, ਇੱਦਾਂ ਦੀਆਂ ਆਵਾਜ਼ਾਂ ਨਹੀਂ ਮਿਲਣੀਆਂ ਦੋਸਤੋ, ਰਹਿੰਦੀ ਦੁਨੀਆ ਤੱਕ ਮੈਂ ਲੈ ਕੇ ਦੇ ਦਿੰਦਾ। ਬਹੁਤ ਕਮਾਲ ਦੇ ਗਵੱਈਏ ਆਏ ਆ, ਆਉਣੇ ਆ, ਪਰ ਜਿਹੜੀਆਂ ਇਹ ਆਵਾਜ਼ਾਂ ਸੀ, ਕਮਾਲ ਸਿੱਝਦਾ ਹੈ। ਅਸੀਂ ਤਾਂ ਉਹਨਾਂ ਨੂੰ ਸਤਿਕਾਰ ਦੇ ਸਕਦੇ ਹਾਂ, ਉਹਨਾਂ ਦੇ ਨੇੜੇ ਤੇੜੇ ਵੀ ਨਹੀਂ। ਲਓ, ਮੈਨੂੰ ਹੁਕਮ ਹੋਇਆ ਕਿ ਸੁਰਿੰਦਰ ਛਿੰਦਾ ਭਾਅ ਜੀ ਉਹਨਾਂ ਵਰਗੇ ਗਾ ਨਹੀਂ ਸਕਦੇ, ਪਰ ਮੈਂ 2-3 ਲਾਈਨਾਂ ਤੁਹਾਡੇ ਨਾਲ ਸਾਂਝੀਆਂ ਕਰਦਾ ਜੀ। ਬਹੁਤ ਰਮਾਨ ਬਿੱਠੂ ਖੰਨਾ ਵਾਲੇ ਮੇਰੇ ਪਤਾ ਨਹੀਂ ਵੱਡੇ ਹੋਣੇ ਆ, ਰੰਗ ਰੁੰਗ ਮੈਂ ਵੀ ਮਾਰਦਾ ਛੋਟੇ ਹੀ ਹੋਣੇ ਆ। ਆਦਤ ਪਈ ਆ ਵੱਡੇ ਕਹਿਣ ਦੀ, ਜਦੋਂ ਸਰਟੀਫਿਕੇਟ ਦੇਖੀਦਾ ਛੋਟੇ ਹੀ ਨਿਕਲਦੇ ਆ, ਕਈ ਵਾਰੀ ਮੂੰਹ 'ਚੋਂ ਅੰਕਲ ਜੀ ਵੀ ਨਿਕਲ ਜਾਂਦਾ ਜਦੋਂ ਵੀ ਦੇਖੀਦਾ ਉਹ ਛੋਟੇ ਹੁੰਦੇ ਸਾਡੇ ਨਾਲ ਜੀ। ਮੌਜੀ ਦੁੱਗਰੀ ਵਾਲੇ ਜਿਨ੍ਹਾਂ ਨੇ ਸੁਰਿੰਦਰ ਛਿੰਦਾ ਭਾਅ ਜੀ ਦੀ ਸੰਗਤ ਤਕਰੀਬਨ 30 ਸਾਲ 3 ਦਹਾਕੇ, ਕੋਈ ਕੰਮ ਕਰਨਾ ਕਿਸੇ ਨੂੰ ਦੇਣੇ 3 ਦਹਾਕੇ ਬਹੁਤ ਲੰਮੀ ਉਮਰ ਹੁੰਦੀ ਦੋਸਤੋ, ਪਤਾ ਨਹੀਂ ਕਿੰਨੇ ਸਾਹ ਹੈ। ਲਓ, 2-4 ਲਾਈਨਾਂ, ਮੈਂ ਮਾਫੀ ਚਾਹੂੰਗਾ, ਮੈਂ ਛਿੰਦਾ ਜੀ ਵਰਗਾ ਕਦੀ ਵੀ ਨਹੀਂ ਗਾ ਸਕਦਾ ਜਿੰਨੇ ਸਾਹ ਆ ਜੀ, ਪਰ ਮੈਂ ਇੱਕ ਨਿੱਕੀ ਜਿਹੀ ਹਾਜ਼ਰੀ ਸੁਰਿੰਦਰ ਛਿੰਦਾ ਨੂੰ, ਸਾਡੇ ਵੱਡੇ ਵੀਰ ਪੰਜਾਬ ਦੇ ਸ਼੍ਰੋਮਣੀ ਆਵਾਜ਼ ਸਿਮਰਨ ਛਿੰਦਾ ਅਤੇ ਮਨਿੰਦਰ ਛਿੰਦਾ ਵੈਨਕੋਵਰ ਬੈਠੇ ਨੇ, ਸਾਡੇ ਬੱਚੇ ਨੇ, ਔਰ ਤੁਹਾਡੇ ਸਾਰਿਆਂ ਵੱਲੋਂ ਆਪਾਂ ਡੈਡੀਕੇਟ ਕਰਨ ਜਾ ਰਹੇ ਹਾਂ ਜੀ ਚਮਕੀਲਾ ਜੀ ਨੂੰ ਔਰ ਕੁਲਦੀਪ ਮਾਣਕ ਸਾਹਿਬ ਨੂੰ ਅਤੇ ਸੁਰਿੰਦਰ ਛਿੰਦਾ ਜੀ ਨੂੰ, ਸਰਦੂਲ ਭਾਅ ਜੀ ਨੂੰ। ਇੱਕ ਵਾਰ ਜ਼ੋਰਦਾਰ ਤਾੜੀ ਸਰਦੂਲ ਭਾਅ ਜੀ ਦੇ ਨਾਂ 'ਤੇ ਮਾਰ ਦਿਓ। ਦੋਸਤੋ, ਇਹ ਆਵਾਜ਼ਾਂ ਨਹੀਂ ਮਿਲਣੀਆਂ, ਇਹ ਨਹੀਂ ਮਿਲਣੀਆਂ, ਕਦੇ ਵੀ ਨਹੀਂ ਮਿਲਣੀਆਂ। ਲਓ, ਮੈਂ ਛਿੰਦਾ ਜੀ ਨੂੰ ਯਾਦ ਕਰਦੇ ਹੋਏ ਇੱਕ ਨਿੱਕੀ ਜਿਹੀ ਹਾਜ਼ਰੀ ਲਾਉਣ ਲੱਗਿਆ ਤੁਹਾਡੀ ਖਿਦਮਤ। ਸਾਡੇ ਵਿਚਕਾਰ ਸਤਿਕਾਰਯੋਗ MLA ਸਾਹਿਬ ਸਰਦਾਰ ਕੁਲਵੰਤ ਸਿੰਘ ਸਿੱਧੂ ਜੀ ਪਹੁੰਚੇ ਨੇ ਜੀ। ਮੈਂ MLA ਦੇਵ ਮਾਨ ਭਾਅ ਜੀ, ਸਾਡੇ ਭਾਅ ਜੀ ਨੇ, ਕਿਉਂਕਿ ਅਸੀਂ ਇੱਕ ਫੀਲਡ ਦੇ ਹਾਂ, ਇਕੱਠਿਆਂ ਨੇ ਸਟਰਗਲ ਕੀਤੀ ਹੈ, ਔਰ ਸਿੱਧੂ ਸਾਹਿਬ ਨੂੰ ਅਸੀਂ ਨਿੱਘੀ ਜੀ ਹੈ ਕਹਿੰਦੇ ਹਾਂ ਜੀ, ਕਮੇਟੀ ਵੱਲੋਂ, ਸਾਰੇ ਪਰਿਵਾਰ ਵੱਲੋਂ।
ਬਹੁਤ ਬਹੁਤ ਨਿੱਘੀ ਜੀ ਹੈ ਜੀ। ਲਓ ਜੀ, ਮੇਰਾ ਇੱਕੋ ਹੀ ਗੀਤ ਰਹਿੰਦਾ ਹੈ। ਉਸ ਤੋਂ ਪਹਿਲਾਂ ਸੁਰਿੰਦਰ ਛਿੰਦਾ ਜੀ ਨੂੰ, ਪੰਜਾਬ ਦੀ ਬੁਲੰਦ ਆਵਾਜ਼, ਉਹਨਾਂ ਨੂੰ ਯਾਦ ਕਰਦੇ ਹਾਂ ਜੀ। ਇੱਕ ਵਾਰੀ ਤੁਹਾਡੇ ਸਾਰਿਆਂ ਵੱਲੋਂ ਅਤੇ ਸਾਡੀ ਸਮੁੱਚੀ ਟੀਮ ਵੱਲੋਂ, ਪ੍ਰਬੰਧਕ ਕਮੇਟੀ ਵੱਲੋਂ, ਸਾਡੀ ਮਾਂ ਵੱਲੋਂ, ਸਾਡੀਆਂ ਬੱਚੀਆਂ ਮੇਰੀਆਂ ਭੈਣਾਂ ਵੱਲੋਂ, ਅਸੀਂ ਇੱਕ ਵਾਰੀ ਫਿਰ ਨਿੱਘੀ ਜੀ ਹਾਂ ਕਹਿੰਦੇ ਹਾਂ ਜੀ। MLA ਸਰਦਾਰ ਕੁਲਵੰਤ ਸਿੰਘ ਸਿੱਧੂ ਸਾਹਿਬ, ਨਿੱਘੀ ਜੀ ਹੈ। ਇੱਕ ਵਾਰ ਜ਼ੋਰਦਾਰ ਤਾੜੀ ਮਾਰ ਦਿਓ ਸਿੱਧੂ ਸਾਹਿਬ ਦੇ ਜੀ ਆਇਆਂ ਨੂੰ ਕਹਿਣ ਦੇ ਰੂਪ ਦੇ ਵਿੱਚ, ਕਿਉਂਕਿ ਇੱਕ ਇੱਕ ਕਰਕੇ ਜਿਹੜਾ ਮੇਲਾ ਇਹ ਭਰਦਾ। ਸਿਆਣੇ ਕਹਿੰਦੇ ਆ ਕਿ ਮੇਲਾ ਮੇਲੀਆਂ ਦਾ ਅਤੇ ਯਾਰਾਂ ਬੇਲੀਆਂ ਦਾ, ਮੇਲਾ ਮੇਲੀਆਂ ਦਾ ਯਾਰਾਂ ਬੇਲੀਆਂ ਦਾ, ਕੰਗੂ ਤੇਲੀਆਂ ਦਾ, ਪੈਸੇ ਧੇਲੀਆਂ ਦਾ ਅਤੇ ਮਿੱਤਰ ਸਹੇਲੀਆਂ ਦਾ। ਜਦੋਂ ਆਪਣੇ ਰਲ ਕੇ ਬਹਿੰਦੇ ਨੇ ਉਹਨੂੰ ਅਸੀਂ ਮੇਲਾ ਕਹਿੰਦੇ ਹਾਂ ਜੀ। ਲਓ ਜੀ, ਪੇਸ਼ ਹੈ ਗੀਤ ਕੁਝ ਲੈਣਾ ਸੁਰਿੰਦਰ ਛਿੰਦਾ ਜੀ ਦੀ ਯਾਦ ਦੇ ਵਿੱਚ। ਉਹ ਕਾਲੇ ਪਾਣੀ ਉਹ ਮੌੜੇ ਨੂੰ, ਕਾਲੇ ਪਾਣੀ ਉਹ ਮੌੜੇ ਨੂੰ ਖੱਤ ਕਿਸੇ ਨੇ ਪਾਇਆ, ਕਾਲੇ ਪਾਣੀ ਉਹ ਮੌੜੇ ਨੂੰ ਖੱਤ ਕਿਸੇ ਨੇ ਪਾਇਆ, ਬਦਲਾ ਲੈ ਲਈ ਸੋਹਣਿਆ ਜੇ ਮਾਂ ਦਾ ਜਾਇਆ, ਬਦਲਾ ਲੈ ਲਈ ਸੋਹਣਿਆ ਜੇ ਮਾਂ ਦਾ ਜਾਇਆ। ਉਹ ਚਿੱਠੀ ਪੜ੍ਹ ਕੇ ਮੌੜੇ ਨੇ ਝੱਟ ਖੀਸੇ ਪਾ ਲਈ, ਔਰ ਰਫਲ ਚੱਟ ਨੇ ਚੱਕ ਲਈ ਤੇ ਕਰੀ ਚੜਾਈ, ਹੋ ਦੱਸ ਕੇ ਬਲ ਨੂੰ ਤੁਰ ਪਿਆ ਇੱਕ ਪਲ ਨਾ ਲਾਇਆ, ਬਦਲਾ ਲੈ ਲਈ ਸੋਹਣਿਆ ਜੇ ਮਾਂ ਦਾ ਜਾਇਆ, ਬਦਲਾ ਲੈ ਲਈ ਜੂਣਿਆ ਜੇ ਮਾਂ ਦਾ ਜਾਇਆ। ਲਓ ਜੀ, ਇੰਨੀਆਂ ਕੁ ਲਾਈਨਾਂ ਕਬੂਲ ਕਰਿਓ, ਅਸੀਂ ਉਹਨਾਂ ਵਰਗਾ ਗਾ ਨਹੀਂ ਸਕਦੇ, ਇੱਕ ਹਾਜ਼ਰੀ ਹੈ। ਲਓ ਜੀ, ਚੰਦ ਲਾਈਨਾਂ ਮੈਂ, ਹਾਂਜੀ ਭਾਜੀ, 27 ਅਤੇ 2 ਅੰਤਰੇ ਆਪਾਂ ਗਾ ਰਹੇ ਹਾਂ ਜੀ, ਕਰ ਦਈਏ ਜੀ। ਲਓ ਜੀ, ਲਓ ਜੀ, ਚਮਕੀਲਾ ਸਾਹਿਬ, ਡਰ ਲੱਗਦਾ ਭਾਈ, ਉੱਦਾਂ ਦਾ ਗਾ ਨਹੀਂ ਹੁੰਦਾ। ਮੈਂ ਅੱਜ ਪਹਿਲੀ ਵਾਰੀ ਜਾਂ ਇੱਕ ਦੋ ਵਾਰੀ ਪਹਿਲਾਂ ਕਿਤੇ ਲੈਣਾ ਗਾਈਆਂ,
ਇਹਨਾਂ ਮਹਾਨ ਗਾਇਕਾਂ ਵਰਗਾ ਗਾਇਆ ਨਹੀਂ ਜਾਂਦਾ ਜੀ। ਅਸੀਂ ਤੁਸੀਂ ਪਿਆਰ ਦਿੱਤਾ ਦਿੰਦੇ ਹੋ, ਰੋਟੀ ਮਸਲਾ ਚਲਾਈ ਜਾਂਦੇ ਹਾਂ, ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ। ਲਓ ਜੀ ਅਮਰ ਸਿੰਘ ਚਮਕੀਲਾ ਜੀ, ਜਦੋਂ ਸਾਡੀ ਵੀ ਚੜ੍ਹਦੀ ਬਰੇਸ ਸੀ, 15-16 ਸਾਲ ਦੀ ਗੱਲ ਹੈ, ਸਾਡੇ ਭੂਆ ਜੀ ਆ ਜੀ ਪਿੰਡ ਤੱਗੜਾਂ, ਪਾਸਲੇ ਕੋਲ ਰੁੜਕੇ ਦੇ ਕੋਲ ਪਿੰਡ ਪੈਂਦਾ ਤੱਗੜ, ਅਤੇ ਮੈਨੂੰ ਪਤਾ ਲੱਗਾ ਕਿ ਭੂਆ ਦੇ ਮੁੰਡੇ ਦੇ ਵਿਆਹ 'ਤੇ ਸਾਡੇ ਭੂਆ ਜੀ ਹੁਣੀ ਚਮਕੀਲਾ ਜੀ ਨੂੰ ਬੁੱਕ ਕਰਨਾ, ਅਤੇ ਮੇਰਾ ਪਹਿਲਾ ਸਾਲ ਸੀ ਕਾਲਜ, ਮੈਂ ਬਈ ਚਮਕੀਲਾ ਜੀ ਦੇ ਦਫ਼ਤਰ ਜਾਣਾ ਬੁੱਕ ਕਰਨ, ਮੈਂ ਨਾਲ ਜਾਣਾ, ਨੇੜਿਓਂ ਦੇਖਣੇ ਆ, ਔਰ ਮੈਂ 2-3 ਦਿਨ ਅਤੇ 2-3 ਰਾਤਾਂ ਉਹਨਾਂ ਦੇ ਖੇਤ ਹੀ ਬਹੁੰਦਾ ਰਿਹਾ ਟਰੈਕਟਰ ਦੇ ਨਾਲ, ਲਾ ਉਹਨਾਂ ਨੂੰ ਖੁਸ਼ ਕਰਨ ਲਈ ਕਿ ਮੈਨੂੰ ਨਾਲ ਲੈ ਕੇ ਜਾਇਓ। ਇੱਕ ਰਾਤ ਲੰਘੀ, 2 ਲੰਘੀਆਂ, ਅਤੇ ਮੈਂ ਮਗਰ ਮਗਰ ਕਿੱਦਣ ਜਾਣਾ ਭਾਅ ਜੀ, ਉਹ ਕਹਿੰਦਾ ਕੱਲ੍ਹ ਜਾਵਾਂਗੇ ਜੀ। ਉਹਨੇ ਫਿਰ ਮੇਰੇ ਤੋਂ ਖੇਤ ਵਹਾਏ ਰਾਤ ਨੂੰ 10-12-15, ਫਿਰ ਦਿਨ ਲਾਇਆ ਮੈਂ ਕਦੋਂ ਜਾਣਾ, ਕਹਿੰਦਾ ਕੱਲ੍ਹ ਜਾਵਾਂਗੇ। ਪਰ ਢੀਠ ਮੈਂ ਵੀ ਸੀ, ਜਾ ਕੇ ਮੈਂ ਵੀ ਰਹਿਣਾ ਸੀ। ਮੈਨੂੰ ਯਾਦ ਹੈ ਲੁਧਿਆਣੇ ਚਾਹ ਦਾ ਕੱਪ ਪੀਤਾ, ਚਮਕੀਲਾ ਜੀ ਨਹੀਂ ਮਿਲੇ, ਸ਼ੋਅ 'ਤੇ ਗਏ ਹੋਏ ਸੀ, ਪਰ ਮੈਂ ਨਾਲ ਆਇਆ। ਉਦੋਂ ਇੰਨੀ ਚਾਹਨਾ ਹੁੰਦੀ ਸੀ, ਇੰਨੀਆਂ ਬੁਲੰਦੀਆਂ, ਇਹ ਕਿਸੇ ਕਿਸੇ ਦੇ ਹਿੱਸੇ ਆਉਂਦੀਆਂ ਜੀ। ਅਮਰ ਰਹੇ ਜੀ, ਅਮਰ ਤੁਹਾਡਾ ਪਿਆਰ ਚਾਹੀਦਾ, ਉਸ ਬਾਬੇ ਦੀ ਕਿਰਪਾ, ਇਹ ਅਮਰ ਹੀ ਰਹਿਣਾ ਜੀ। ਚਮਕੀਲਾ ਸਾਹਿਬ, ਅਤੇ ਇੱਥੇ ਕਈ ਆਏ, ਕਈ ਚਲੇ ਜਾਣੇ, ਅਸੀਂ ਵੀ ਚਲੇ ਜਾਣਾ, ਇਹ ਆਵਾਜ਼ਾਂ ਨਹੀਂ ਮਰਨੀਆਂ। ਅਮਰ ਸਿੰਘ ਚਮਕੀਲਾ ਜੀ, ਸੁਰਿੰਦਰ ਛਿੰਦਾ ਜੀ, ਕੁਲਦੀਪ ਮਾਣਕ ਸਾਹਿਬ, ਸਰਦੂਲ ਭਾਅ ਜੀ, ਸਾਬਰ ਕੋਟੀ, ਇਹ ਉਹ ਆਵਾਜ਼ਾਂ ਸੀ ਜਿਹੜੀਆਂ ਸਾਡੇ ਧੁਰ ਅੰਦਰ ਤੱਕ, ਇੱਥੋਂ ਦੀ ਸੁਣ ਕੇ, ਇੱਥੋਂ ਦੀ ਦੇਖ ਕੇ, ਜਿਹੜੀਆਂ ਪੈਰਾਂ ਦੇ ਨੋਹਾਂ ਤੱਕ ਉਤਰੀਆਂ। ਸੌਰੀ, ਮੈਂ ਚੀਮਾ ਸਾਹਿਬ ਨੂੰ ਕੱਟਿਆ, ਤਾੜੀਆਂ ਟਿਕਾ ਕੇ ਮਾਰ ਦਿਓ ਚੀਮਾ ਸਾਹਿਬ, ਸਾਡੇ ਛੋਟੇ ਵੀਰ ਚਮਕੀਲੇ ਦੇ ਟੱਪੇ ਲਾਉਣਗੇ 2-4, ਅਤੇ ਤਾੜੀਆਂ ਟਿਕਾ ਕੇ ਮਾਰ ਦਿਓ ਆਪਣੇ ਭਰਾ ਚਮਕੀਲੇ ਦੇ ਨਾਂ 'ਤੇ। ਢਾਈ ਦਿਨ ਦੀ, ਢਾਈ ਦਿਨ ਦੀ ਪਰੌਣੀ ਇੱਥੇ ਤੂੰ, ਢਾਈ ਦਿਨ ਦੀ ਪਰੌਣੀ ਇੱਥੇ ਤੂੰ, ਐਵੇਂ ਨਾ ਜਿੰਦੇ ਮਾਣ ਕਰੀ। ਢਾਈ ਦਿਨ ਦੀ ਪਰੌਣੀ ਇੱਥੇ ਤੂੰ, ਐਵੇਂ ਨਾ ਜਿੰਦੇ ਮਾਣ ਕਰੀ। ਉੱਠ ਕਤਲ ਨੀ, ਉੱਠ ਕਤਲ, ਉੱਠ ਕਤਲ ਸੋ ਆਸਾਂ ਵਾਲੀ ਰੂਹ, ਐਵੇਂ ਨਾ ਜਿੰਦੇ ਮਾਣ ਕਰੀ। ਢਾਈ ਦਿਨ ਦੀ ਪਰੌਣੀ ਇੱਥੇ ਤੂੰ, ਐਵੇਂ ਨਾ ਜਿੰਦੇ ਮਾਣ ਕਰੀ, ਐਵੇਂ ਨਾ ਜਿੰਦੇ ਮਾਣ ਕਰੀ। ਬਹੁਤ ਬਹੁਤ ਮਿਹਰਬਾਨੀ ਜੀ ਸਾਡੇ ਵੀਰਾਂ ਵੱਲੋਂ, ਇੱਕ ਵਾਰੀ ਫੇਰ ਬਹੁਤ ਸਾਰਾ ਮਾਣ ਜੀ, ਢੇਰ ਸਾਰਾ ਪਿਆਰ। ਸਦੀਕ ਸਾਹਿਬ ਦੇ ਦੀਵਾਨੇ ਨੇ ਜੀ, ਉਹ ਵੀ ਬਹੁਤ ਵੱਡੇ ਗਾਇਕ ਨੇ ਜੀ, ਬਹੁਤ ਵੱਡੀ ਆਵਾਜ਼ ਹੈ। ਲਓ ਜੀ, ਪੇਸ਼ ਹੈ ਰੋਮਾਂਟਿਕ ਰੰਗ ਦੇ ਵਿੱਚ ਰੰਗਿਆ ਹੋਇਆ ਗੀਤ ਤੁਹਾਡੀ ਖਿਦਮਤ, ਰੰਗ ਸਾਰੰਗ ਦਿਓ ਜੀ, ਸਾਰੰਗ। ਪਹਿਲਾਂ ਗਾਣਾ
ਨੀ ਕਿਸੇ ਪਾਸੇ ਤੇਰੀ ਤੋਰ ਦੀਆਂ, ਨੀ ਕਿਸੇ ਪਾਸੇ ਤੇਰੀ ਤੋਰ ਦੀਆਂ, ਨੀ ਕਿਤੇ ਝਾਂਜਰ ਵਾਲੇ, ਨੀ ਕਿਤੇ ਝਾਂਜਰ ਵਾਲੇ ਬੋਰ ਦੀਆਂ, ਉਹ ਗੱਲਾਂ ਕਰਦਾ ਇਹ ਜੱਗ ਸਾਰਾ, ਨੀ ਝੁਕ ਝੁਕ ਕਰੇ ਸਲਾਮਾੜੀਏ, ਨੀ ਅੰਬਰਾਂ ਦਾ ਇੱਕ ਇੱਕ ਤਾਰਾ, ਨੀ ਅੰਬਰਾਂ ਦਾ ਇੱਕ ਇੱਕ ਤਾਰਾ ਛੋਲਿਆਂ ਦਾ ਵੱਡ ਅੱਜ ਦੀਆਂ ਯਾਰੀਆਂ ਭਾਈ ਮਾਰਦੇ ਭਾਈ ਹੀ ਗੱਲ ਲਾਉਂਦੇ ਕੁੱਲ ਚੀਜ਼ ਮੁੱਲ ਵਿਕਦੀ ਜੰਮੇ ਨਾਲ ਦੇ
ਕਿਦਾਂ ਨਹੀਂ ਥਿਆਉਂਦੇ, ਤਾੜੀ ਲਾ ਦੋ ਜੀ। ਹਾਂਜੀ, ਅਮਰ ਸਿੰਘ ਚਮਕੀਲਾ ਦੇ ਅਵਾਰਡ ਦੇ ਨਾਲ ਤਾੜੀ ਲਾ ਦੋ ਜੀ ਉਸ ਰੱਬ ਨੂੰ, ਕਿਉਂਕਿ ਕਹਿੰਦੇ ਹੁੰਦੇ ਫੁੱਲ ਖਿਲਦੇ ਆ ਮਰਝਾ ਜਾਂਦੇ, ਜਿਨ੍ਹਾਂ ਦੇ ਦਿਲਾਂ ਵਿੱਚ ਪਿਆਰ ਹੁੰਦਾ ਉਹ ਸੱਤ ਸਮੁੰਦਰੋਂ ਪਾਰ ਵੀ ਆ ਜਾਂਦੇ। ਜਨਾਬ ਕਿੰਗਰਾ ਕੰਮਿਆਣਾ ਜੀ ਵਿੰਨੀ ਪੈਕ ਤੋਂ ਸਪੈਸ਼ਲ ਆਏ ਆ ਜੀ, ਸ਼ਰਧਾ ਦੇ ਫੁੱਲ ਪੇਟ ਕੇ ਥੈਂਕ ਯੂ ਜੀ, ਕਿਆ ਬਾਤ ਹੈ ਜੀ, ਜਿੰਨੀਆਂ ਵੀ ਰੱਬ ਨੂੰ ਹਾਂ। ਹਾਂਜੀ ਭਾਜੀ ਚੀਮਾ ਸਾਹਿਬ ਸਾਡੇ ਵੱਡੇ ਭਾਈ, ਕੰਮਿਆਣਾ ਸਾਹਿਬ ਨੂੰ ਮੈਂ ਆਪਣੇ ਵੱਲੋਂ ਵੀ, ਆਪਣੇ ਪਰਿਵਾਰ ਵੱਲੋਂ, ਸਮੁੱਚੀ ਪ੍ਰਬੰਧਕ ਪਰਿਵਾਰ ਵੱਲੋਂ, ਤੁਹਾਡੇ ਸਾਰਿਆਂ ਵੱਲੋਂ ਜੀ, ਨਿੱਕੀ ਜੀ ਆ ਕਹਿੰਦਾ ਇੱਕ ਵਾਰ ਜ਼ੋਰਦਾਰ ਤਾੜੀ ਕੰਮਿਆਣਾ ਸਾਹਿਬ ਦੇ ਨਾਂ 'ਤੇ ਮਾਰ ਦਿਓ, ਬਹੁਤ ਵੱਡਾ ਨਾਮ ਹੈ ਜੀ। ਜੀ ਆ ਜਾਓ, ਤੇਰੇ ਨੈਣ ਮਾਮੋਲੇ ਵੱਲੋਂ ਸੋਹਣੇ ਬੜੇ ਨੇ, ਲਾਲ ਬੁੱਲੀਆਂ ਚ ਦੰਦ ਜਿਵੇਂ ਮੋਤੀ ਜੜੇ ਨੇ, ਤੇਰੇ ਨੈਣ ਮਾਮੋਲੇ ਵੱਲੋਂ ਸੋਹਣੇ ਬੜੇ, ਲਾਲ ਬੁੱਲੀਆਂ ਚ ਦੰਦ ਜਿਵੇਂ ਉਹ ਦੋ ਜੀ ਅੱਖੀਆਂ ਦਾ ਸਾਰਾ ਦਿਲ ਮਾਰਦਾ ਵਿਚਾ, ਹੋ ਜਾਵੇ ਨਾ ਕਟਾਰਾ ਨੀ ਤੂੰ ਭਾਰੇ ਤੇ ਹੁੰਗਾਰਾ, ਚੱਕੀ ਜਾਂਦਾ ਮੁੰਡਾ ਨੀਲੀ ਪੱਗ ਵਾਲਾ, ਤੇਰੇ ਲਾਕੇ ਦਾ ਹੋਲਾਰਾ ਰੰਗੇ ਰਾਰਾ ਰੀ ਰੀ ਰਾਰਾ, ਮੁੰਡਾ ਪੱਟੇ ਆਸ਼ਕੀ ਨੀ ਤੂੰ ਕਰੇ ਕਿ ਤੇਰੇ ਕੋਲੋਲਾ ਤੋਂ ਮੈਂ ਬਾਰੇ ਬਾਰੇ ਜਾਵਾਂ, ਮੁੰਡਾ ਫੱਟੇ ਆਸ਼ਕੀ ਨੀ ਤੂੰ ਕਰਕੇ, ਤੇਰੇ ਨਖੀਰ ਕੋਲੋਲਾ ਤੋਂ ਮੈਂ ਬਾਰੇ ਬਾਰੇ ਜਾਵਾਂ, ਨੀ ਮੈਂ ਫੇਰਾ ਮਾਰਾ ਮਾ ਮੈਨੂੰ ਤੇਰਾ ਹਿੱਸਾ, ਘਰ ਮਿਲਣ ਦਾ ਚਾਰਾ ਲਾ ਦੇ ਪਾਰ ਕਿਨਾਰਾ, ਉਹ ਘੁੰਮ ਘੁੰਮ ਆਉਂਦਾ ਕਹਿੰਦੇ ਚਿੱਟੇ ਕੁੜਤੇ ਵਾਲਾ, ਤੇਰੇ ਲਾਕੇ ਦਾ ਹੋ ਲਾਰਾ ਰੰਗੇ ਰਾਰਾ ਰੀ ਰੀ ਰਾਰਾ, ਉਹ ਕਿੰਨਾ ਸੋਹਣਾ ਯਾਰੋ ਲਿਖਦਾ ਏ ਬਿੱਟੂ ਖੰਨੇ ਵਾਲਾ, ਤੇਰੇ ਲਾਕੇ ਦਾ ਹੋ ਲਾਰਾ ਰੰਗੇ ਰਾਰਾ ਰੀ ਰੀ ਰਾਰਾ, ਤੇਰੀ ਅੱਖੇ ਦਾ ਇਸ਼ਾਰਾ ਰੰਗੇ ਰਾਰਾ ਰੀ ਰੀ ਰਾਰਾ,
ਲਓ ਜੀ, ਇੰਨੀ ਕੁ ਹਾਜ਼ਰੀ ਕਬੂਲ ਕਰਿਓ। MLA ਸਾਹਿਬ ਵੱਲੋਂ ਵੀ ਸਾਡਾ ਬਹੁਤ ਸਾਰਾ ਮਾਣ ਜੀ, ਮਿਹਰਬਾਨੀ ਸਿੱਧੂ ਸਾਹਿਬ ਵੱਲੋਂ, ਔਰ ਕੰਬਿਆਣਾ ਸਾਹਿਬ ਨੂੰ ਇੱਕ ਵਾਰ ਫੇਰ ਨਿੱਘੀ ਜੇ ਆ ਜੀ, ਬਹੁਤ ਬਹੁਤ ਧੰਨਵਾਦ। ਮਾਫ਼ੀ ਚਾਹੁੰਦੇ ਹਾਂ ਭਾਅ ਜੀ, ਥੋੜ੍ਹਾ ਜਿਹਾ ਲੇਟ ਹੋ ਗਿਆ। ਗੱਡੀ ਜਦੋਂ ਚੜ੍ਹਾਈ 'ਤੇ ਚੜ੍ਹੀ ਹੁੰਦੀ ਹੈ ਜੀ, ਫਿਰ ਰੋਕਣੀ ਔਖੀ ਹੋ ਜਾਂਦੀ ਹੈ। ਦੇਖ ਲਓ, ਉਦੋਂ ਬਾਅਦ ਗੇਅਰ ਪਾਇਆ ਅਤੇ ਗੱਲ ਬਣੀ ਨਹੀਂ। ਸਿੱਧੀ ਗੱਲ ਹੈ, ਦੋ ਟੱਪੇ ਗਾਏ ਹੋ, ਪਹਿਲਾਂ ਵਾਲੀ ਗੱਲ ਨਹੀਂ ਬਣੀ, ਪਰ ਤੁਸੀਂ ਹਾਜ਼ਰੀ ਕਬੂਲ ਕੀਤੀ ਹੈ ਜੀ, ਬਹੁਤ ਬਹੁਤ ਮਿਹਰਬਾਨੀ। ਮਾਲਕ ਤੁਹਾਨੂੰ ਸਦਾ ਆਬਾਦ ਰੱਖੇ। ਔਰ ਇਹਨਾਂ ਆਵਾਜ਼ਾਂ ਨੂੰ ਚਮਕੀਲਾ ਸਾਹਿਬ, ਬੀਬਾ ਅਮਰਜੋਤ ਜੀ, ਛਿੰਦਾ ਭਾਜੀ, ਕੁਲਦੀਪ ਮਾਣਕ ਸਾਹਿਬ, ਸਰਦੂਰ ਸਿਕੰਦਰ ਜੀ, ਇਹਨਾਂ ਆਵਾਜ਼ਾਂ ਨੂੰ ਮਾਲਕ ਹਮੇਸ਼ਾ ਜ਼ਿੰਦਾ ਰੱਖੇ। ਸਾਨੂੰ ਪਤਾ ਨਹੀਂ ਕਿੰਨੇ ਕੁ ਸਾਹ ਆ। ਔਰ ਪ੍ਰਮਾਤਮਾ ਤੁਹਾਨੂੰ ਖੁਸ਼ੀਆਂ ਦਿੰਦਾ, ਨਾ ਥੱਕੇ, ਅਤੇ ਅਸੀਂ ਅਤੇ ਪੰਜਾਬ ਦੇ ਹੋਰ ਅੱਛੇ ਮਹਿਨਾਜ ਕਲਾਕਾਰ ਤੁਹਾਡੀ ਨੌਕਰੀ ਇੱਦਾਂ ਹੀ ਕਰਦੇ ਰਹੀਏ ਜੀ, ਬਹੁਤ ਬਹੁਤ ਮਿਹਰਬਾਨੀ। ਇੱਕ ਮਿੰਟ ਜੀ, ਮੈਂ ਸਾਹਿਬ ਕੁਲਵੰਤ ਸਿੱਧੂ ਸਾਹਿਬ ਸਾਡੇ MLA ਆਤਮਨਗਰ, ਇੱਕ ਵਾਰ ਜ਼ੋਰਦਾਰ ਤਾੜੀਆਂ ਇਹਨਾਂ ਲਈ ਜੀ, ਬੜਾ ਸਹਿਯੋਗ ਇਹਨਾਂ ਦਾ। ਅਤੇ ਚੀਮਾ ਸਾਹਿਬ, MLA ਸਾਹਿਬ ਵੱਲੋਂ, ਅਤੇ ਮੈਂ ਤਾਂ ਤੁਹਾਡਾ ਭਰਾ ਜੀ, ਉਹ ਸਰਕਾਰ ਨੇ ਅਤੇ ਮੈਂ ਤੁਹਾਡਾ ਭਰਾ ਜੀ, ਠੀਕ ਹੈ ਜੀ। ਇੱਕ ਗੀਤ ਫਰਮਾਇਸ਼ ਆਈ ਹੈ ਜੀ। ਇਹ ਦੋਸਤੋ, 27 ਅਤੇ 2 ਅੰਤਰੇ ਗਾਵਾਂਗੇ ਜੀ। MLA ਸਾਹਿਬ ਦਾ ਹੁਕਮ ਹੈ, ਇਹਦੇ ਹੁਕਮ ਹੈ ਜੀ, ਸਾਡੇ ਲਈ ਹੁਕਮ ਹੈ, ਕਿਉਂਕਿ ਇਹ ਜਦੋਂ ਅਸੀਂ ਬੇਨਤੀਆਂ ਲੈਣ ਲੱਗ ਪਏ ਨਾ ਜੀ, ਉਦੋਂ ਗੱਡੀ ਫਿਰ ਡਾਊਨ ਦਾ ਹਿੱਲ ਆ ਜਾਂਦੀ ਹੈ ਜੀ। ਹਾਂਜੀ ਭਾਜੀ, ਹਾਂਜੀ, ਉਹ ਵੀਰੇ ਨਹੀਂ ਪੈਂਦੇ, ਇੱਦਾਂ ਨਾ ਕਰਿਆ ਕਰੋ ਬਈ। ਛੋਟੇ ਵੀਰੋ, ਜਿੰਨਾ ਚਿਰ ਗਾਇਕ ਸਟੇਜ 'ਤੇ ਖੜ੍ਹਾ ਨਾ, ਉਨਾ ਚਿਰ ਸਾਜ਼ ਨਹੀਂ ਲਾਈਦੇ ਹੁੰਦੇ, ਇੱਦਾਂ ਨਾ ਕਰੋ। ਵੀਰ ਜੀ, ਤੁਸੀਂ ਪਹਿਲਾਂ ਵਾਲੇ ਸਾਜ਼ ਹੀ ਲਾਓ ਬਈ, ਕਰੋ ਵੀ ਆਉਣ ਸ਼ਾਬਾਸ਼। ਜਦ ਤੱਕ ਆਪਾਂ ਗੱਲਬਾਤ ਕਰਦੇ ਹਾਂ ਜੀ, ਮਾਈਕ ਵੀਰ ਜੀ, ਸਾਊਂਡ ਵਾਲੇ ਭਾਜੀ, ਜਦ ਤੱਕ ਅਸੀਂ ਕੁਝ ਇਨਾਮ ਬੋਲ ਦਿੰਦੇ ਹਾਂ, ਉਸ ਤੋਂ ਬਾਅਦ ਇੱਕ ਗਾਣਾ ਤੁਹਾਡੀ ਸੇਵਾ ਦੇ ਵਿੱਚ ਪੇਸ਼ ਕਰਕੇ ਜਾਣਾ। ਸਾਡੇ ਅੱਜ ਦੇ ਇਸ ਅਮਰ ਸਿੰਘ ਚਮਕੀਲਾ ਅਤੇ ਬੀਬੀ ਅਮਰਜੋਤ ਹੋਰਾਂ ਦੀ 36ਵੀਂ ਬਰਸੀ 'ਤੇ ਬੀਬੀ ਰਣਜੀਤ ਕੌਰ ਜੀ ਵਿਸ਼ੇਸ਼ ਤੌਰ 'ਤੇ ਆਏ ਆ ਸਟੇਜ 'ਤੇ ਬਿਰਾਜਮਾਨ ਨੇ। ਇੱਕ ਵਾਰ ਜ਼ੋਰਦਾਰ ਤਾੜੀਆਂ ਬੀਬੀ ਰਣਜੀਤ ਕੌਰ ਜੀ ਲਈ। ਸਦੀਕ ਸਾਹਿਬ ਵੀ ਰਸਤੇ 'ਚ ਨੇ ਜੀ, ਬਸ ਆ ਗਏ ਥੋੜ੍ਹੀ ਦੇਰ 'ਚ। ਔਰ ਕੁਲਵੰਤ ਸਿੱਧੂ ਸਾਹਿਬ, ਮੈਂ ਕਿਹਾ ਸਿੱਧੂ ਸਾਹਿਬ, ਐਤਕੀ ਮੇਲਾ ਆਪਾਂ ਵਧੀਆ ਕਰਾਉਣਾ, ਦਿਨ ਰਾਤ ਫੋਨ ਕਰ ਕਰਕੇ ਪੁੱਛਦੇ ਰਹੇ ਆ, ਸਾਡਾ ਰੁਕਣ ਦਾ ਪ੍ਰਬੰਧ, ਖਾਣ ਪੀਣ ਦਾ ਪ੍ਰਬੰਧ, ਸਾਰਾ ਕੁਛ ਹੀ MLA ਸਾਹਿਬ ਤੁਹਾਡਾ ਦੇਣ ਕਿੱਥੇ ਦਿਆਂਗੇ। ਇੱਕ ਵਾਰ ਜ਼ੋਰਦਾਰ ਤਾੜੀਆਂ ਆਤਮਨਗਰ ਤੋਂ MLA ਕੁਲਵੰਤ ਸਿੱਧੂ ਸਾਹਿਬ ਲਈ। ਪੀਟਰ ਸੰਧੂ ਸਾਹਿਬ ਸਾਡੇ ਕੈਨੇਡਾ ਤੋਂ ਸਾਬਕਾ MLA ਸਾਹਿਬ, ਅਤੇ ਸਕੱਤਰ ਸੰਧੂ ਸਾਹਿਬ ਕਿੱਥੇ ਨੇ? ਸਕੱਤਰ ਸੰਧੂ ਸਾਹਿਬ, ਵੇਲ ਬੂਲ ਕਰਾ ਦਿਆ ਕਰੋ, ਵੇਲਾਂ ਬੂਲਾਂ ਕਰਾ ਦਿਆ ਕਰੋ। ਅਤੇ ਸੁਮਨ ਬੱਤਰਾ ਜੀ ਸਾਡੇ ਭੈਣ ਜੀ, ਜਿੰਨੀਆਂ ਸਾਡੇ ਪੰਜਾਬ ਸਰਕਾਰ ਦੇ ਜਿੰਨੇ ਤੁਸੀਂ ਪ੍ਰੋਗਰਾਮ ਦੇਖਦੇ ਹੋ, ਸਾਰੇ ਇਹ ਹੋਸਟ ਕਰਦੇ ਨੇ, ਅਨਾਊਂਸ ਕਰਦੇ ਨੇ, MC ਨੇ। ਇੱਕ ਵਾਰ ਜ਼ੋਰਦਾਰ ਤਾੜੀਆਂ ਸੁਮਨ ਬੱਤਰਾ ਸਾਡੀ ਭੈਣ ਜੀ ਲਈ, ਜ਼ੋਰਦਾਰ ਤਾੜੀਆਂ ਜੀ। ਤੁਸੀਂ ਅਕਸਰ ਦੇਖਦੇ ਹੋ ਜਿੰਨੇ ਸਰਕਾਰ ਦੇ ਪ੍ਰੋਗਰਾਮ ਹੁੰਦੇ, ਉਹਦੇ ਵਿੱਚ ਅੱਜ ਕਹਿੰਦੇ ਜੀ ਮੈਂ ਵੀ ਜ਼ਰੂਰ ਹਾਜ਼ਰੀ ਲਾਉਣੀ ਆ। ਔਰ ਬਹੁਤ ਸਾਰੇ ਹੋਰ ਸਾਡੇ ਭਰਾ, ਨਾਭੇ ਤੋਂ ਵੱਡੀ ਟੀਮ ਆਈ ਹੋਈ ਹੈ, ਮੇਰਾ ਭਰਾ ਹਰਮੀਤ ਮਾਨ ਜ਼ੀ ਨਿਊਜ਼ ਤੋਂ ਸਪੈਸ਼ਲ ਇੱਥੇ ਪਹੁੰਚੇ ਨੇ, ਅਮਰਿੰਦਰ ਪੁਰੀ ਸਾਹਿਬ, ਪੱਤਰਕਾਰ ਸਾਹਿਬ, ਰਕੇਸ਼ ਜੀ ਮੇਰਾ ਭਰਾ, ਸਤਪਾਲ ਮਿੱਤਲ ਜੀ, ਸਾਡੇ ਚੇਅਰਮੈਨ ਦੀਪਾ ਰਾਮਗੜ੍ਹ ਜੀ, ਤਰਿੰਦਰ ਖਹਿਰਾ ਸਾਹਿਬ, ਸਾਰੇ ਆਏ ਨੇ, ਸਭ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਹੈ ਜੀ। ਜੀ ਬਲਤੇਜ ਜੀ, ਅੱਛਾ ਜੀ, ਇੱਕ ਦੋ ਸਨਮਾਨ ਕਰ ਲਈਏ। ਹਾਂਜੀ ਚੀਮਾ ਸਾਹਿਬ ਆ ਜਾਓ, ਚੀਮਾ ਜੀ, ਬਾਈ ਜੀ ਚੀਮਾ ਜੀ ਨੂੰ ਲਿਆਓ, ਸਨਮਾਨ ਕਰਨਾ ਨਾਲ ਹੀ। ਚੀਮਾ ਸਾਹਿਬ ਆਓ ਕਰੋ,
ਪ੍ਰੋਗਰਾਮ ਬਹੁਤ ਵਧੀਆ ਜਾ ਰਿਹਾ ਜੀ, ਮੇਲਾ ਬਹੁਤ ਕਾਮਯਾਬ ਆ, ਬੜਾ ਡਿਸਿਪਲਿਨ 'ਚ ਆ। ਇੱਕ ਵਾਰ ਜ਼ੋਰਦਾਰ ਤਾੜੀਆਂ ਆਪਣੇ ਆਪ ਲਈ, ਜ਼ੋਰਦਾਰ ਤਾੜੀਆਂ ਇੱਥੋਂ ਦੇ ਕਮਿਸ਼ਨਰ ਸਾਹਿਬ ਜਿਹੜੇ ਕਿ ਹੈੱਡ ਆਫ ਦਾ ਪੁਲਿਸ ਨੇ, ਉਹਨਾਂ ਲਈ ਜ਼ੋਰਦਾਰ ਤਾੜੀਆਂ। ਚਹਿਲ ਸਾਹਿਬ ਲਈ ਬੜਾ ਸਹਿਯੋਗ ਉਹਨਾਂ ਦਾ ਜੀ, SHO ਦੁਗਰੀ ਬੜਾ ਉਹਨਾਂ ਦਾ ਧੰਨਵਾਦ ਹੈ, ਔਰ ਤੁਹਾਡਾ ਸਾਰਿਆਂ ਦਾ ਧੰਨਵਾਦ ਆ, ਜਿਨ੍ਹਾਂ ਹੱਥਾਂ ਨੇ ਤੁਹਾਡੇ ਲਈ ਲੰਗਰ ਤਿਆਰ ਕੀਤਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਆ, ਜਿਹੜੇ ਦੋ ਲੰਗਰ ਲਗਾਤਾਰ ਚੱਲ ਰਹੇ ਨੇ ਜੀ। ਸਾਡੇ ਲੁਧਿਆਣਾ ਤੋਂ ਪ੍ਰਧਾਨ ਸਾਹਿਬ, ਸਾਡੇ ਸ਼ਰਨਜੀਤ ਮੱਕੜ ਸਾਹਿਬ, ਉਹ ਵੀ ਪਹੁੰਚਣ, ਉਹਦਾ ਵੀ ਬਹੁਤ ਬਹੁਤ ਧੰਨਵਾਦ ਆ। ਚੀਮਾ ਸਾਹਿਬ ਦਾ ਸਨਮਾਨ ਹੋ ਰਿਹਾ ਜੀ। ਚੀਮਾ ਸਾਹਿਬ ਆਓ, ਬੋਬੀ ਫਗਵਾੜੇ ਤੋਂ, ਬੋਬੀ ਆਓ ਯਾਰ ਉੱਪਰੋਂ। MLA ਸਾਹਿਬ ਕੁਲਵੰਤ ਸਿੱਧੂ ਸਾਹਿਬ, MLA ਸਾਹਿਬ ਨੂੰ ਬੇਨਤੀ ਹੈ ਇੱਕ ਵਾਰ ਸਟੇਜ ਤੇ ਆਉਣ ਪਲੀਜ਼। MLA ਸਾਹਿਬ ਕੁਲਵੰਤ ਸਿੱਧੂ ਸਾਹਿਬ, MLA ਆਤਮ ਨਗਰ। ਬੋਬੀ ਬਲਾਕ ਬੋਬੀ ਫਗਵਾੜਾ ਜੀ, ਬੋਬੀ ਫਗਵਾੜੇ ਤੋਂ ਨਾਲ ਬਈ ਜੀ। ਅੱਛਾ ਜਰਨੈਲ ਸਿੰਘ ਵੀਰ, ਸਬ ਇੰਸਪੈਕਟਰ ਜਰਨੈਲ ਸਿੰਘ ਆ ਜਾਓ। ਮੇਰਾ ਛੋਟਾ ਵੀਰ KD ਸਿੰਘ, ਮਿਊਜ਼ਿਕ ਡਾਇਰੈਕਟਰ, ਉਹ ਵੀ ਵਿਸ਼ੇਸ਼ ਤੌਰ 'ਤੇ ਇੱਥੇ ਪਹੁੰਚੇ ਹੋਏ ਆ, ਮੈਂ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜੀ। ਸਬ ਇੰਸਪੈਕਟਰ ਸਾਹਿਬ ਜੀ, ਜੀ ਬਹੁਤ ਬਹੁਤ ਧੰਨਵਾਦ ਜੀ। ਗੁਰਮੇਲ ਸਿੰਘ ਆਓ ਵੀਰ, ਲਓ ਸਿੰਘ ਦੇਵ ਮਾਨ ਸਾਹਿਬ, ਪ੍ਰੈਜੈਂਟ MLA ਨਾਭਾ ਤੋਂ ਜੀ ਸਾਡਾ, ਇਹ ਸਾਡੇ ਮੇਰੇ ਪਰਮ ਮਿੱਤਰ ਵੀ ਆ ਜੀ। ਹਾਂ ਵੀ ਹਾਂ, ਗੱਲ ਕਰਨ ਦਿਆ ਕਰੋ ਥੋੜ੍ਹੀ ਜੀ। ਹਾਂਜੀ, ਇਹ ਅਸੀਂ ਮਿੱਤਰ ਵੀ ਹਾਂ, ਔਰ ਅੱਜ ਇਹ ਬਹੁਤ ਵੱਡੇ ਰੁਤਬੇ 'ਤੇ, ਇਹਨਾਂ ਦੀ ਘਾਲਣਾ, ਇਹਨਾਂ ਦੀ ਮਿਹਨਤ ਅਤੇ ਤੁਹਾਡਾ ਨਾਭੇ ਵਾਲਿਆਂ ਦਾ ਪਿਆਰ, ਉਹਨਾਂ ਦੇ ਕਰਕੇ ਬਹੁਤ ਵੱਡੀ ਉੱਚੀ ਪਦਵੀ 'ਤੇ ਬੈਠੇ ਨੇ। ਅਤੇ MLA ਸਾਹਿਬ ਸਿੱਧੂ ਸਾਹਿਬ ਦਾ ਹੁਕਮ ਕਿ ਇੱਕ ਆਈਟਮ ਹੋਰ, ਅਸੀਂ ਪਿੱਛੇ ਜਿਹਾ ਗਾਣਾ ਇੱਕ ਮੇਰੇ ਬੇਟੇ ਨਾਲ ਸੁਖਮਨ ਚੀਮਾ ਦੇ ਨਾਲ ਅਸੀਂ ਡਿਊਟ ਗਾਇਆ ਸੀ, ਅਤੇ ਉਹ ਗਾਣਾ ਮੈਂ ਤੁਹਾਡੀ ਖਿਦਮਤ ਪੇਸ਼ ਕਰਦਾ ਕਿ ਜੁੱਤੀ ਕੱਢਵੀਂ ਅਤੇ ਧੂਮਾਂ ਲਾਇਆ ਚਾਦਰਾ, ਨੀ ਗਲ ਵਿੱਚ ਕੈਂਠਾ ਜੱਟ ਦੇ, ਨੀ ਕੰਨੀ ਨੱਤੀਆਂ ਅਤੇ ਸਿਰ ਉੱਤੇ ਸ਼ਮਲਾ, ਨੀ ਸੰਮਾਂ ਵਾਲੀ ਡਾਂਗ ਮੋਢੇ ਉੱਤੇ ਜੱਟ ਦੇ, ਜਿੱਥੋਂ ਦੀ ਲੰਘ ਜਾਣ ਗੱਭਰੂ, ਨੀ ਧੂੜਾਂ ਪੱਟ ਦੇ। ਪੰਜਾਬ ਦੀ ਨੱਚਦੀ ਜਵਾਨੀ ਦੀ ਗੱਲ, ਕੰਪਲੀਮੈਂਟ ਹੈ, ਮੈਨੂੰ ਪਤਾ ਨਹੀਂ ਮੇਰੇ ਕਿਹੜੇ ਵੀਰ ਵੱਲੋਂ ਆ, ਪਰ ਮੈਂ ਜ਼ਿਆਦਾ ਪੜ੍ਹਿਆ ਅਤੇ ਮੇਰੀ ਐਵੇਂ ਆਪਣੀ ਖੂਬੀ ਜੀ ਆਪ ਕਰਦਾ ਲੱਗਣਾ ਮੈਂ, ਬਾਈ ਇੰਨੇ ਫਿੱਟ ਕਿਵੇਂ ਆ, ਭਾਈ ਰੰਗ ਰੁੰਗ ਲਾਇਆ ਹੋਇਆ, ਆਹ ਥੋੜ੍ਹਾ ਜਿਹਾ ਟੈਂਟ ਹੈਗਾ, ਇਹ ਖਿੱਚ ਕੇ ਰੱਖ ਲਈ ਤਾਂ ਤੁਹਾਡੀ ਨਜ਼ਰ ਆ ਵੀਰ ਜੀ, ਤੁਹਾਡੀ ਨਜ਼ਰ ਹੈ ਅਤੇ ਤੁਹਾਡਾ ਪਿਆਰ ਹੈ, ਜਿਹਦੇ ਪਿਆਰ ਕਰਕੇ 30-32 ਸਾਲ ਹੋ ਗਏ, ਤੁਹਾਡੇ ਵੱਡਿਆਂ ਨੇ, ਤੁਹਾਡੇ ਬਜ਼ੁਰਗਾਂ ਨੇ ਪਿਆਰ ਦਿੱਤਾ, ਦਾਦੇ ਨਾਨਿਆਂ ਨੇ, ਨਾਨੀਆਂ ਦਾਦੀਆਂ ਨੇ, ਵੱਡੀਆਂ ਭੈਣਾਂ ਵੀਰਾਂ ਨੇ, ਉਹਦੇ ਕਰਕੇ ਤੁਰੇ ਜਾਂਦੇ ਆ ਜੀ। ਔਰ ਤੁਹਾਡੀ ਅਦਾਕਾਰੀ ਮੈਂ ਵਧੀਆ ਨਹੀਂ ਕਹਾਂਗਾ, ਮਕਲਾਵਾ, ਲੈਂਬਰਗਿਨੀ ਅਤੇ ਹੋਰ ਬਹੁਤ ਸਾਰੀਆਂ ਫਿਲਮਾਂ ਜੀ, ਬੜੀ ਮਿਹਰਬਾਨੀ ਦੋਸਤੋ। ਲੈ ਜੀ,
ਮੈਂ ਮਾਫੀ ਚਾਹੁੰਦਾ ਜੀ ਕਿ ਜਿਹਨਾਂ ਨੂੰ ਜਦੋਂ ਅਸੀਂ ਇੱਦਾਂ ਕਹਿੰਦੇ ਹਾਂ ਕਿ ਇੱਦਾਂ ਲੱਗਦਾ ਕਿ ਜਿਵੇਂ ਬਹੁਤ ਛੋਟਾ ਬਣਦਾ, ਪਰ ਵਾਕਿਆ ਨਿੱਕੀ ਉਮਰ ਦੇ ਵਿੱਚ ਮਾਣਿਆ ਮੁਹੰਮਦ ਸਦੀਕ ਸਾਹਿਬ ਨੂੰ, ਕੁਲਦੀਪ ਮਾਨਕ ਸਾਹਿਬ ਨੂੰ ਅਤੇ ਬੀਬਾ ਰਣਜੀਤ ਜੀ, ਸਾਡੇ ਵੱਡੇ ਭੈਣ ਜੀ ਸਾਡੇ ਵਿਚਕਾਰ ਪਹੁੰਚੇ ਆ। ਪਤਾ ਨਹੀਂ ਸੈਂਕੜੇ ਖਾੜੇ ਭੈਣ ਜੀ ਤੁਹਾਡੇ ਦੇਖੇ ਆ, ਰੱਬ ਜਾਣਦਾ ਝੂਠ ਨਹੀਂ ਬੋਲਦਾ, ਦਿਹਾੜੀ 'ਚ ਦੋ ਦੋ ਵੀ ਦੇਖੇ ਆ। ਚੇਤਕ ਸਕੂਟਰ ਮਾਪਿਆਂ ਨੇ ਲੈ ਦਿੱਤਾ ਸੀ, PJX 8513, ਉਹਦੇ 'ਤੇ ਜਿਹੜਾ ਅਖਾੜਾ ਇਹਨਾਂ ਦਾ ਲੱਗਣਾ ਅਨਾਊਂਸ ਕਰ ਦੇਣਾ, ਦੂਜਾ ਰਾਤ ਵਾਲਾ ਕਿੱਥੇ ਹੈ। ਸਕੂਟਰ ਇੱਧਰ ਉੱਧਰ ਦੀ ਉੱਧਰ ਪਹੁੰਚ ਜਾਣਾ, ਕਈ ਵਾਰੀ ਜਾ ਕੇ ਦੋ ਦੋ ਘੰਟੇ ਉਡੀਕਦੇ ਰਹਿਣਾ। ਚਮਕੀਲਾ ਸਾਹਿਬ ਦੇ ਵੀ ਇੱਦਾਂ ਦੇਖੇ ਆ, ਸ਼ਿੰਦਾ ਭਾਜੀ ਮਾਨਕ ਸਾਹਿਬ, ਬਹੁਤ ਮਾਣਿਆ ਜੀ ਤੁਹਾਨੂੰ। ਅਸੀਂ ਤਾਂ ਤੁਹਾਡੇ ਮਗਰ ਹਾਂ, ਮਗਰਲੀ ਜਨਰੇਸ਼ਨ ਹੈ, ਤੁਹਾਡੇ ਨੇੜੇ ਤੇੜੇ ਵੀ ਨਹੀਂ ਜਿੰਨਾ ਤੁਸੀਂ ਪੰਜਾਬੀ ਗਾਇਕੀ ਲਈ ਕੀਤਾ। ਹੋਰ ਮੇਰੀਆਂ ਭੈਣਾਂ, ਬਹੁਤ ਸਾਰੇ ਅੱਛੇ ਆਰਟਿਸਟ ਇੱਧਰ ਬੈਠੇ ਆ ਜੀ, ਮੈਂ ਨਾਂ ਨਹੀਂ ਜਾਣਦਾ, ਮੈਂ ਮਾਫੀ ਚਾਹਵਾਂਗਾ ਕਿ ਤੁਸੀਂ ਮੇਰੇ ਲਈ ਸਾਰੇ ਸਤਿਕਾਰਯੋਗ ਹੋ ਜੀ। ਜਿਹੜਾ ਇਸ ਮੰਚ 'ਤੇ ਆ ਕੇ ਗਾ ਗਿਆ, ਇਹ ਮੰਚ ਇੱਕ ਯੂਨੀਵਰਸ ਹੈ, ਇਹ ਮੰਚ ਯੂਨੀਵਰਸ ਹੈ, ਇਹਦੀ ਇਬਾਦਤ ਇਹਦੀ ਭਗਤੀ ਕਰਨੀ ਚਾਹੀਦੀ ਹੈ। ਬਹੁਤ ਵੱਡਾ ਨਾਮ ਹੈ ਇਹਨਾਂ ਫਰਕਾਰਾਂ ਦਾ, ਮੈਂ ਪਹਿਲਾਂ ਵੀ ਨਾਮ ਗਿਣੇ ਆ। ਲਓ ਜੀ, ਗੀਤ ਮੈਂ ਪੇਸ਼ ਕਰਨ ਲੱਗਾ ਜਿਹਦਾ ਯੂਟਿਊਬ 'ਤੇ ਟਾਈਟਲ ਹੈ ਫੋਕ ਵਾਈਬ, ਅਤੇ ਮੇਰਾ ਨਾਂ ਰੱਖਿਆ ਹੋਇਆ ਜੁੱਤੀ ਅਕੈਡਮੀ। ਲਓ ਜੀ, ਤੁਹਾਡੀ ਖਿਦਮਤ ਪੇਸ਼ ਕਰਦੇ, ਭੈਰ ਵੀ ਲਿਓਗੇ। ਆ ਜੁੱਤੀ ਕੱਢਵੀ ਤੇ ਧੂਆਂ ਲਾਇਆ ਚਾਦਰਾ, ਜੁੱਤੀ ਕੱਢਵੀ ਉਹ ਕੱਢਵੀ ਤੇ ਧੂਆਂ ਲਾਇਆ ਚਾਦਰਾ, ਗਲ ਵਿੱਚ ਕੈਂਠਾ ਜੱਟ ਦੇ ਵੇ ਕੰਨੀ ਨੱਤੀਆਂ ਨੱਤੀਆਂ ਤੇ ਸਿਰੇ ਉੱਤੇ ਚਮਲਾ, ਉਹ ਸੋਮਾਂ ਵਾਲੀ ਡਾਂਗ ਮੋਢੇ ਉੱਤੇ ਜੱਟ ਦੇ, ਜਿੱਥੋਂ ਦੀ ਲੰਘ ਜਾਣ ਗੱਭਰੂ ਨੇ ਧੂੜਾ ਪੱਟ ਦੇ,
ਓਏ ਸਾਡੇ ਚ ਕੁੱਟ ਕੁੱਟ ਭਰੀ ਆ ਨਾਲੇ ਨੀਤ ਖਰੀ ਆ ਉਹ ਰੱਬ ਤਾਂ ਹੀ ਨਾਲਿਆ ਕੀਤੀਆਂ ਕਦੇ ਨਾ ਅਸੀਂ ਨਾ ਤਾਨੀਆਂ ਮਨ ਮਾਨੀਆਂ ਤੇ ਨਾਲੇ ਖਾਨਦਾਨੀਆਂ ਨੂੰ ਲੱਗੇ ਗਈ ਸਾਲਿਆ ਮੋਢੇ ਉੱਤੇ ਹੱਥ ਸਾਡੇ ਬੇਬੇ ਬਾਪੂ ਦਾ ਤੇ ਜਿੰਦੇ ਨਹੀਂ ਉਡੋਲਦੀ ਓਏ ਅੰਬਰਾਂ ਚ ਹੋਵੇ ਜਦੋਂ ਬਾਜੇ ਉੱਡਦਾ ਫਿਰ ਘੁੱਗੀ ਨਹੀਂ ਬੋਲਦੀ ਉੱਚੀ ਜਾਣ ਬਈ ਮੈਂ ਝੂਮਰ ਭੰਗੜੇ ਪਾਉਂਦਾ ਮੈਂ ਝੂਮਰ ਭੰਗੜੇ ਪਾਉਂਦਾ ਮੇਰੇ ਪੱਟਾਂ ਦੇ ਵਿੱਚ ਜਾਣ ਬਈ ਜਾ ਬੈਰੀ ਆ ਲਲਕਾਰਦਾ ਜਾ ਬੈਰੀ ਆ ਲਲਕਾਰਦਾ ਸੁੱਕਾ ਨਹੀਂ ਦਿੰਦਾ ਜਾਣ ਮੈਨੂੰ ਸ਼ੇਰ ਪੰਜਾਬੀ ਆਖਦੇ ਮੈਨੂੰ ਸ਼ੇਰ ਪੰਜਾਬੀ ਆਖਦੇ ਮੈਨੂੰ ਆਪਣੇ ਉੱਤੇ ਮਾਣ ਮੈਨੂੰ ਆਪਣੇ ਉੱਤੇ ਮੈਨੂੰ ਆਪਣੇ ਮੈਨੂੰ ਆਪਣੇ ਉੱਤੇ ਮਾਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਇੰਨੀ ਹਾਜ਼ਰੀ ਕਬੂਲ ਕਰਿਓ ਜ਼ਿੰਦਾ ਰਹੇ ਜਦੋਂ ਤੁਸੀਂ ਆਵਾਜ਼ ਮਾਰੋਗੇ ਜੀ ਫਿਰ ਹਾਜ਼ਰ ਹੋਵਾਂਗੇ ਜੀ ਬਹੁਤ ਬਹੁਤ ਮਿਹਰਬਾਨੀ ਜੀ ਬਹੁਤ ਬਹੁਤ ਧੰਨਵਾਦ ਚੀਮਾ ਸਾਹਿਬ ਰੰਗਵਾਨ